ਵੇਮ ਹੋ ਜਾਂਦਾ ਮਹਾਂਪੁਰਖਾਂ ਨਾਲ ਖਿੱਚ ਪੈਂਦੀ ਮੈਨੂੰ ਬੜੀ ਖਿੱਚ ਸੀ ਬਾਬਾ ਸੁੰਦਰ ਦਾਸ ਜੀ ਨਾਲ ਪਰ ਵਸਤੂ ਸੀ ਬਾਬਾ ਕੁੰਦਨ ਸਿੰਘ ਮਹਾਰਾਜ ਜੀ ਦੀ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੀ ਕਿੱਡੀ ਕੁ ਸ਼ਕਤੀ ਕਿਵੇਂ ਆਪਦੇ ਸੇਵਕਾਂ ਨੂੰ ਸੇਵਾ ਵਿੱਚ ਸੱਦਦੇ ਆ ਲਾਉਂਦੇ ਆ ਮਨ ਦੀ ਇੱਛਾ ਸੀ ਕਿ ਸੰਤੀ ਬਣਨਾ ਜਟਾ ਰੱਖ ਲੈਣੀ ਹੈ ਧੂੜੀ ਮਲ ਲੈਣੀ ਸਵਾਦ ਸਰੀਰ 'ਤੇ ਤਪ ਤਪ ਕਰਾ ਕਰਾਂਗੇ ਜਲ ਧਾਰੇ ਕਰਾਂਗੇ ਅਗਨੀ ਤਪਾਵਾਂਗੇ ਜਿਵੇਂ ਉਹ ਕਰਦੇ ਸੀ ਮਹਾਂਪੁਰਖ ਉਵੇਂ ਮਨ ਵਿੱਚ ਆਉਂਦਾ ਸੀ ਪਰ ਕੀ ਹੋਇਆ ਸੰਨ 70 ਦੇ ਆਖਰੀ ਮਹੀਨਾ ਸੀ ਨਵੰਬਰ ਦਸੰਬਰ ਦਾ ਅੱਜ 70 ਨੂੰ ਦੇਖ ਲਓ 52 ਸਾਲ ਹੋ ਗਏ ਨੇ 52 ਸਾਲ ਤੇ ਪਹਿਲੋਂ ਦੀ ਗੱਲ 52 ਸਾਲ ਦੀ ਗੱਲ ਹੈ ਧੰਨ ਗੁਰੂ ਨਾਨਕ ਸੁਪਨੇ 'ਚ ਦਰਸ਼ਨ ਹੋਏ ਮਹਾਂਪੁਰਖ ਨੇ ਚਿੱਟਾ ਚੋਲਾ ਹੈ ਚਿੱਟੀ ਪੱਗ ਬੰਨੀ ਹੋਈ ਹੈ ਜਿਹੜਾ ਦਾੜਾ ਹੈ ਉਸ ਕਾਲੇ ਦਾਲ ਦਾੜੇ ਵਿੱਚ ਚਿੱਟੇ ਚਿੱਟੇ ਵਾਲ ਨੇ ਕਾਲੇ ਦਾੜੇ ਵਿੱਚ ਚਿੱਟੇ ਚਿੱਟੇ ਵਾਲ ਹੈ ਦਰਸ਼ਨ ਹੋਏ ਮਹਾਂਪੁਰਖ ਨੇ ਮਵੀ ਮੱਥਾ ਟੇਕਿਆ ਲੋਕ ਵੀ ਟੇਕਦੇ ਸੀ ਸੰਤ ਪ੍ਰਸ਼ਾਦ ਦੇ ਰਹੇ ਸਨ ਦ੍ਰਿਸ਼ਟੀ ਆਪਣੀ ਪਾ ਰਹੇ ਸੀ ਜੀਵਾਂ ਦੀ ਜਿਹੜੇ ਤਾਰਨ ਲਈ ਆਏ ਨੇ ਨਿਰੰਕਾਰ ਨੇ ਭੇਜਿਆ ਕਿ ਜਾਓ ਜਾ ਕੇ ਜੱਗ ਨੂੰ ਉਤਾਰੋ ਨਾਮ ਜਪੋ ਤੇ ਜਪਾਵੋ ਸਾਰੀ ਉਮਰ ਗੁਰੂ ਨੂੰ ਰਾਧੋ ਗੁਰੂ ਨੂੰ ਜਪੋ ਬੜੇ ਵੱਡੇ ਭਾਗਾਂ ਤੋਂ ਬਾਅਦ ਮਿਲਦੇ ਆ ਸਤਿਗੁਰੂ ਜੋ ਦਰਸ਼ਨ ਹੋਏ ਹੁਣ ਅੰਦਰ ਉਹ ਤਸਵੀਰ ਘੁੰਮਦੀ ਦਿਮਾਗ ਦੋ ਚਾਰ ਦਿਨ ਬਾਅਦ ਹੀ ਮੈਂ ਆਪਣੀ ਭੈਣ ਕੋਲ ਚਲਾ ਗਿਆ ਫਤਿਹਗੜ੍ਹ ਪੈਂਤੂਰ ਨਾਲ ਹੀ 5-7 ਕਿਲੋਮੀਟਰ 'ਤੇ ਇੱਕ ਭੈਣ ਵਿਆਹੀ ਹੋਈ ਸੀ 1-2-2.5 ਕਿਲੋਮੀਟਰ 'ਤੇ ਦੋਲੇ ਵਾਲੀ ਵਿਆਹੀ ਸੀ ਇੱਕ ਫਤਿਹਗੜ੍ਹ ਪੈਂਤੂਰ 'ਚ ਉਹਦੇ ਕੋਲ ਮੈਂ ਚਲਾ ਗਿਆ ਉਹਨਾਂ ਦੇ ਘਰ ਉਸੇ ਤਰ੍ਹਾਂ ਦੀ ਫੋਟੋ ਲੱਗੀ ਚਿੱਟੇ ਪਗੜੀ ਦੀ ਚਿੱਟਾ ਚੋਲਾ ਜਦਕਿ ਮੈਨੂੰ ਪਤਾ ਹੀ ਨਹੀਂ ਸੰਤ ਕੋਈ ਚਿੱਟੇ ਚੋਲਿਆਂ ਵਾਲੇ ਵੀ ਹੁੰਦੇ ਨੇ ਮੈਨੂੰ ਸੀ ਵੀ ਜਟਾ ਵਾਲੇ ਸਾਧੂ ਭਗਵੇਂ ਕੱਪੜਿਆਂ ਵਾਲੇ ਇਹ ਧੋਤੀ ਬਣਨ ਵਾਲੇ ਸੰਤ ਹੁੰਦੇ ਨੇ ਧੂਣੀਆਂ ਤਪਾਉਣ ਵਾਲੇ ਜਲ ਧਾਰੇ ਕਰਨ ਵਾਲੇ ਸਾਧੂ ਰੱਬ ਦੇ ਨਾਲ ਪ੍ਰੇਮ ਕਰਦੇ ਆ ਹਿੰਦੂ ਧਰਮ ਦੇ ਕਿੰਨੇ ਸੰਤ ਨੇ ਸਾਰੇ ਸਿਰ ਦੇ ਵਾਲ ਪਿਛਾਂ ਨੂੰ ਰੱਖਦੇ ਆ ਅਤੇ ਸਾੜੀਆਂ ਲਾਉਂਦੇ ਆ ਉਹ ਇਸ ਕਰਕੇ ਲਾਉਂਦੇ ਆ ਕ੍ਰਿਸ਼ਨਾ ਮੈਂ ਤੇਰੀ ਗੋਪੀ ਹਾਂ ਆਖੋ ਸੀ ਉਹ ਰੂਪ ਧਾਰ ਲੈਂਦੇ ਆ ਔਰਤ ਵਾਂਗੂ ਸਾੜੀ ਲਾ ਲੈਂਦੇ ਆ ਅਤੇ ਕ੍ਰਿਸ਼ਨ ਦੀ ਗੋਪੀ ਬਣ ਕੇ ਸਾਰੀ ਉਮਰ ਰਹਿੰਦੇ ਆ ਨੱਚ ਕੇ ਖੁਸ਼ ਕਰਦੇ ਨੇ
ਗੁਣ ਗਾਉਂਦੇ ਆ ਸਾਰੀ ਉਮਰ ਉਹਨਾਂ ਧਾਰੀਏ ਕਿ ਕ੍ਰਿਸ਼ਨਾ ਤੇਰਿਆਂ ਭਗਤਾਂ ਨੂੰ ਤੇਰੀ ਤ੍ਰਿਸ਼ਨਾ ਤੇਰੇ ਮਿਲਣ ਦੀ ਕ੍ਰਿਸ਼ਨਾ ਤੇਰਿਆਂ ਭਗਤਾਂ ਨੂੰ ਤੇਰੀ ਤ੍ਰਿਸ਼ਨਾ ਕ੍ਰਿਸ਼ਨਾ ਤੇਰਿਆਂ ਭਗਤਾਂ ਨੂੰ ਤੇਰੀ ਤ੍ਰਿਸ਼ਨਾ ਮੈਂ ਕਿਹਾ ਫੋਟੋ ਕਿੰਨਾ ਦੀ ਮੈਂ ਭੈਣ ਆਦਿ ਨੂੰ ਪੁੱਛਿਆ ਕਹਿੰਦੀ ਇਹ ਨਾਨਕਸਰ ਵਾਲੇ ਬਾਬਾ ਜੀ ਨੇ ਮੈਂ ਕਿਹਾ ਚਿੱਟੇ ਕੱਪੜੇ ਪਾਉਂਦੇ ਆ ਕਹਿੰਦੀ ਹਾਂ ਉਹ ਚਿੱਟੇ ਕੱਪੜੇ ਪਾਉਂਦੇ ਆ ਉਹ ਅੰਮ੍ਰਿਤ ਛਕਦੇ ਆ ਗੁਰਸਿੱਖ ਸੰਤ ਹੁੰਦੇ ਨੇ ਮੈਂ ਵੇਖੇ ਸੀ ਉਦਾਸੀ ਸੰਤ ਉਹ ਆਣ ਸ਼੍ਰੀ ਚੰਦਰ ਨੂੰ ਮੰਨਦੇ ਆ ਜਟਾ ਰੱਖਦੇ ਆ ਮੈਨੂੰ ਸੀ ਸੰਤੇ ਹੀ ਹੁੰਦੇ ਆ ਇਸ ਤਰ੍ਹਾਂ ਦੇ ਉਹਨੇ ਕਿਹਾ ਨਹੀਂ ਇਹ ਨਾਨਕਸਰ ਵਾਲੇ ਸੰਤ ਨੇ ਮੈਂ ਕਿਹਾ ਮੈਨੂੰ ਸੁਪੜਾ ਆਇਆ ਸੀ ਇਹੋ ਜਿਹੇ ਮਹਾਂਪੁਰਖਾਂ ਦਾ ਪਰ ਫਰਕ ਇਹਨਾਂ ਦਾ ਕਾਲਾ ਦਾੜਾ ਇਹਦੀ ਐਨਕ ਲਾਈ ਹੋਈ ਹੈ ਐਨਕ ਪਹਿਲੇ ਲਾਉਂਦੇ ਸੀ ਉਹਨਾਂ ਸੰਤਾਂ ਦੇ ਨਾ ਐਨਕ ਸੀ ਨਾ ਕਾਲੇ ਦਾੜੇ ਵਿੱਚ ਚਿੱਟੇ ਚਿੱਟੇ ਵਾਲ ਸੀ ਆਈ ਇਹਨਾਂ ਸੰਤਾਂ ਦੀ ਚਿੱਟੇ ਕੱਪੜੇ ਵਾਲੇ ਮਹਾਂਪੁਰਖਾਂ ਦੀ ਮੈਂ ਇਹ ਵਿਚਾਰੀ ਇਹਨਾਂ ਨੂੰ ਮੈਂ ਪੁੱਛਿਆ ਕਿੰਨੀ ਫੋਟੋ ਨਾਨਕਸਰ ਵਾਲੇ ਬਾਬਾ ਜੀ ਦੀ ਅਤੇ ਫਿਰ ਬਣ ਗਈ ਵਿਧ ਸਾਡੇ ਬਾਪੂ ਜੀ ਸਾਰੇ ਮਿੱਤਰ ਦੋਸਤ ਇਹਨਾਂ ਦੇ ਖਾਣ ਪੀਣ ਵਾਲੇ ਇਹ ਕਿਤੇ ਬਾਬਾ ਕੁੰਦਨ ਸਿੰਘ ਮਹਾਰਾਜ ਕੋਲ ਇੱਕ ਰਾਤ ਕੱਟ ਆਏ ਦਰਸ਼ਨ ਕਰ ਆਏ ਅਤੇ ਉਹਨਾਂ ਦੀਆਂ ਬਾਬਾ ਜੀ ਦੀਆਂ ਗੱਲਾਂ ਕਰਦੇ ਰਹੇ ਘਰ ਵਿੱਚ ਉਹਨਾਂ ਦੀਆਂ ਗੱਲਾਂ ਹੀ ਕਰਦੇ ਰਹੇ ਨਾਨਕਸਰ ਨੇ ਪਿੰਡਾਂ ਦੇ ਆ ਸਾਡੇ ਆਪਣੇ ਮੈਂ ਨਹੀਂ ਪਛਾਣਿਆ ਉਹਨਾਂ ਮੈਨੂੰ ਪਹਿਲਾਂ ਹੀ ਪਛਾਣ ਕੇ ਕਹਿਦਾ ਕਿ ਆਪਾਂ ਇਕੱਠੇ ਪੜ੍ਹੇ ਹਾਂ ਆਖੋ ਸ੍ਰੀ ਬਹੁਤ ਉਹਨਾਂ ਸਾਨੂੰ ਖਾਣ ਪੀਣ ਵਾਸਤੇ ਪੰਜੀਰਾ ਸੇਬ ਕਈ ਕੁਝ ਖਵਾਇਆ ਰਾਤ ਰਹੇ ਅਤੇ ਕਿਹਾ ਸਾਨੂੰ ਤੁਹਾਡੇ ਵਰਗੇ ਪਹਿਰੇਦਾਰਾਂ ਦੀ ਲੋੜ ਹੈ ਇੱਥੇ ਤੁਹਾਡੇ ਵਰਗੇ ਪਹਿਰੇਦਾਰ ਸਾਨੂੰ ਚਾਹੀਦੇ ਆ ਉਹ ਤੁਸੀਂ ਵਾਰੀ ਵਾਰੀ ਇੱਥੇ ਡਿਊਟੀ ਸਾਡੇ ਨਾਲ ਲਾ ਜਾ ਕਰੋ ਥੋੜ੍ਹੇ ਜਿਹੇ ਦੇਖ ਵਾਲੇ ਬੰਦੇ ਚਾਹੀਦੇ ਆ ਜਿਨ੍ਹਾਂ ਨੂੰ ਵੇਖ ਕੇ ਵਿਰੋਧੀ ਘਬਰਾ ਜਾਣ ਇਹ ਉੱਚੀਆਂ ਪੱਗਾਂ ਵਾਲੇ ਚਾਦਰਿਆਂ ਵਾਲੇ ਪਾਓ ਸੀ ਮੁੱਛਾਂ ਨੂੰ ਵੱਟ ਦਿੱਤੇ ਹੁੰਦੇ ਸੀ ਬਾਬਾ ਜੀ ਨੇ ਖਿੱਚ ਪਾ ਲਈ ਗੱਲਾਂ ਹੀ ਕਰਦੇ ਰਹੇ ਅੱਗੇ ਪੂਰਨਮਾਸ਼ੀ ਆ ਗਈ ਅਤੇ ਮੈਂ ਪੂਰਨਮਾਸ਼ੀ 'ਤੇ ਤਿਆਰ ਹੋਇਆ ਬਾਬਾ ਜੀ ਕੋਲ ਜਾਣ ਵਾਸਤੇ ਨਾਨਕਸਰ ਉਹਨਾਂ ਮਹਾਂਪੁਰਖਾਂ ਕੋਲ ਜਾਣਾ ਉਹਨਾਂ ਦੇ ਦਰਸ਼ਨ ਕਰਨੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਆਇਆ ਧੰਨ ਧੰਨ ਆਉਣਾ ਮਹਾਂਪੁਰਖਾਂ ਲਈ
ਜਿਨ੍ਹਾਂ ਦੇ ਆਇਆਂ ਤੋਂ ਜਗਤ ਤਰ ਜਾਵੇ ਸਾਡੇ ਵਰਗੇ ਬਿਨਾਂ ਮਹਾਂਪੁਰਖ ਤੋਂ ਗੱਲ ਬਣਦੀ ਨਹੀਂ ਗੀ ਬੰਦਗੀ ਨਹੀਂ ਹੁੰਦੀ ਤਰਿਆ ਨਹੀਂ ਜਾਂਦਾ ਵਿਕਾਰ ਨਹੀਂ ਮਰਦੇ ਅੰਦਰੋਂ ਜਾਂਦੇ ਨਹੀਂ ਕਾਮ ਕ੍ਰੋਧ ਲੋਭ ਮੋਹੰਕਾਰ ਪਰ ਜਾਂਦੇ ਕਦੋਂ ਨੇ ਪੜਿਓ ਸਾਰੇ ਕਾਮ ਕ੍ਰੋਧ ਹਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਹਰ ਪੁਰ ਸਾਧ ਗੁਰਦੇਵ ਜਦੋਂ ਗੁਰਦੇਵ ਮਹਾਂਪੁਰਖ ਜੀ ਕਿਰਪਾ ਕਰ ਦੇਣ ਪ੍ਰਸ਼ਾਦ ਦੇ ਦੇਣ ਉਦੋਂ ਫਿਰ ਇਹ ਕਾਮ ਕ੍ਰੋਧ ਲੋਭ ਮੋਹੰਕਾਰ ਜਾਂਦੇ ਰਹਿੰਦੇ ਆ ਜਦੋਂ ਕਿਰਪਾ ਕਰਨ ਵਾਲਾ ਪ੍ਰਸ਼ਾਦ ਦਿੰਦੇ ਆ ਨਾ ਮਿਹਰ ਵਾਲਾ ਜਦੋਂ ਬਾਬਾ ਕੁੰਦਨ ਸਿੰਘ ਮਹਾਰਾਜ ਦੇ ਦਰਸ਼ਨ ਹੋਏ ਸੁਪਨੇ 'ਚ ਤੇ ਬੰਤ ਵੀ ਬਣ ਗਈ ਸੱਦਾ ਵੀ ਆ ਗਿਆ ਆਖੋ ਸੀ ਸਦਾ ਆਇਆ ਸਾਡੇ ਬਾਪੂ ਜੀ ਗਏ ਜਾਣ ਛੱਕ ਬਾਬਾ ਜੀ ਨੇ ਬੜੀ ਇਹਨਾਂ ਨੂੰ ਜਲ ਪਾਣੀ ਪ੍ਰਸ਼ਾਦ ਮਠਿਆਈ ਕੇਲੇ ਸਿਓ ਫਲ ਫਰੂਟ ਖਿਲਾਏ ਬੜੇ ਪਿਆਰ ਦੀਆਂ ਗੱਲਾਂ ਸੁਨੇਹੇ ਦੀਆਂ ਗੱਲਾਂ ਕੀਤੀਆਂ ਕਿਹਾ ਤੁਸੀਂ ਆਇਆ ਕਰੋ ਅਤੇ ਮੈਨੂੰ ਵੀ ਸੀ ਨਾਨਕਸਰ ਵਾਲੇ ਬਾਬਾ ਜੀ ਆਖੋ ਸ਼੍ਰੀ ਵਾਹਿਗੁਰੂ ਸੁਨੇਹਾ ਮਿਲਿਆ ਸੀ ਇਹ ਨਾਨਕਸਰ ਵਾਲੇ ਬਾਬਾ ਜੀ ਚਿੱਟੇ ਕੱਪੜਿਆਂ ਵਾਲੇ ਨੇ ਮੈਂ ਦੇਖੇ ਤਾਂ ਭਗਵੇਂ ਕੱਪੜਿਆਂ ਵਾਲੇ ਸੀ ਜਦੋਂ ਫਿਰ ਬਾਬਾ ਜੀ ਦੇ ਦਰਸ਼ਨ ਕੀਤੇ ਆ ਤੇਰੇ ਦਰਸ਼ਨ ਦੀਦਾਰ ਕਰਕੇ ਕਹਿੰਦੇ ਫਿਰ ਮੈਂ ਤੇਰਾ ਹੀ ਹੋ ਗਿਆ ਤੇਰਾ ਹੀ ਬਣ ਗਿਆ ਤੇਰੇ ਦਰਸ਼ਨ ਕਰਕੇ ਬਾਬਾ ਜੀ ਨੇ ਫਿਰ ਖਿੱਚਾਂ ਪਾਲੀਆਂ ਸੱਦੇ ਪਾਏ ਅੰਦਰ ਦੇ ਸੁਨੇਹੇ ਭੇਜੇ ਖਿੱਚਾਂ ਪਾਈਆਂ ਆਪਦੇ ਚਰਨਾਂ ਦੇ ਨਾਲ ਜੋੜਿਆ ਘੋਰ ਕਲਯੁੱਗ ਦੇ ਵਿੱਚ ਲੋਕ ਪ੍ਰਲੋਕ ਦੇ ਸਹਾਈ ਮਹਾਂਪੁਰਖ ਮਿਲ ਗਏ ਸੱਚੇ ਸੱਜਣ ਸੰਤ ਮਿਲ ਗਏ ਮਹਾਂਪੁਰਸ਼ਾਂ ਦੀ ਸੰਗਤ ਮਿਲ ਗਈ ਸੱਚਿਆਂ ਦੀ ਨਾਮ ਜਪਣ ਵਾਲਿਆਂ ਦੀ ਜਪਾਉਣ ਵਾਲਿਆਂ ਦੀ ਜਿਨ੍ਹਾਂ ਨੇ ਪੱਥਰਾਂ ਦੇ ਪਾਪੀਆਂ ਨੂੰ ਉਤਾਰਿਆ ਤੈਨੂੰ ਕਿਉਂ ਨਾ ਤਾਰੂ ਬੰਦਿਆਂ